ਤੋਂ ਬਾਅਦ ਇੱਕ ਬੰਦੇ ਨੂੰ ਉਹਨਾਂ ਨੇ 1 ਲੱਖ ਰੁਪਏ ਲਿਆ, 1 ਲੱਖ ਰੁਪਏ ਲੈਣ ਤੋਂ ਬਾਅਦ ਉਹਨਾਂ ਨੇ 1,80,000 ਦਾ ਬਿੱਲ ਮਾਰਤਾ। ਉਹ ਬੰਦਾ ਦਿਲ ਮੇਰੀ ਜਾਨ ਨੋਚਣ ਲੱਗ ਪਿਆ, ਮੈਂ ਅਧੀਨ ਸਾਹਿਬ ਨੂੰ ਕਿਹਾ ਇਹਨਾਂ ਨੂੰ ਟਰਮੀਨੇਟ ਕਰਤਾ। ਇਹਨਾਂ ਦੇ ਕੁਛ ਸਬੂਤ ਨੇ ਜਿਹੜੇ ਅਸੀਂ ਐਸ ਸੀ ਸਾਹਿਬ ਨੂੰ ਮੀਟਰ ਲੀਡਰ ਇਹ ਮੀਟਰ ਲੀਡਰ ਨੇ ਜਿਹਨੇ ਐਸ ਸੀ ਸਾਹਿਬ ਨੂੰ ਉਹਨਾਂ ਦੇ ਸਾਰੇ ਸਬੂਤ ਭੇਜੇ ਨੇ, ਉਹਨਾਂ ਨੇ ਇਹਨੂੰ ਵੀ ਟਰਮੀਨੇਟ ਕਰਤਾ। 7 ਬੰਦੇ ਉਹਨਾਂ ਨੇ ਟਰਮੀਨੇਟ ਕਰਤੇ ਨੇ। ਫਿਰ ਅਧੀਨ ਸਾਹਿਬ ਇਹਦੀ ਵਜ੍ਹਾ ਤੋਂ ਕਹਿ ਰਹੇ ਨੇ ਕਿ ਮੇਰਾ ਨਾ ਕੋਈ ਐਫ ਆਈ ਏ ਅਤੇ ਮੈਂ ਜੋ ਚਾਹਵਾਂ ਕਰਾਂ ਅਤੇ ਨਾ ਕੋਈ ਅਫਸਰ ਮੇਰਾ ਕੁਛ ਪਗਾਰ ਕਰ। ਅਧੀਨ ਐਸ ਡੀ ਓ ਗ੍ਰੀਨਪਾਲ ਸਬ ਡਿਵੀਜ਼ਨ ਜੀ ਬਤਾਈਏਗਾ ਆਪ ਆਪਕੋ ਕਿਉਂ ਟਰਮੀਨੇਟ ਕੀਆ? ਅਪੀਲ ਕਰਦੇ ਹੈ ਆਲਾ ਕਾਮ ਸੇ, ਆਲਾ ਕਾਮ ਸੇ ਕਿਆ ਕਹਿਣਾ ਚਾਹਤੇ ਹੈਂ? ਮੈਂ ਯਹੀ ਕਹਿਣਾ ਚਾਹਤਾ ਹੂੰ ਅਗਰ ਮੇਰੇ ਖਿਲਾਫ ਐਕਸ਼ਨ ਹੋਇਆ ਜਬ ਕਿ ਮੈਂ ਮੁਲਵਸ ਕੀਤੀ ਥੀ ਉਸਨੇ, ਠੀਕ ਹੈ, ਤੋ ਇਸ ਇਸਕੇ ਖਿਲਾਫ ਇਨਕੁਆਇਰੀ ਕੀ।
ਪੈਸਾ ਸਭ ਖਾ ਰਹੇ ਹੈ ਗਰੀਬੋ ਕਾ ਮਾਲ ਲੋਕੋ ਸੇ ਮਾਲ ਖਾ ਖਾ ਕੇ ਨਾ ਯੇ ਆਪਣਾ ਕਾਮ ਚਲਾਈ ਜਾ ਰਿਹਾ ਹੈ ਵਿਚਾਰੋ ਕੋ ਨਿਕਾਲ ਦਿਆ ਨੌਕਰੀ ਸੇ ਹੈ ਜੀ ਪੰਜ ਛੇ ਆਦਮੀਓ ਕੋ ਯੇ ਐਸੇ ਇਨਸਾਨ ਹੈ ਕਿ ਜਿਹਦਾ ਹਿਸਾਬ ਹੀ ਕੋਈ ਨਹੀਂ ਹੈ ਕਿ ਕਰਪਸ਼ਨ ਪੇ ਕਰਪਸ਼ਨ ਕਰੀ ਜਾ ਰਹੇ ਮਾਲ ਖਾਈ ਜਾ ਰਹੇ ਹੈ ਜੀ ਸਭ ਕਾ ਮਾਲ ਯੇ ਖਾਈ ਜਾ ਰਹੇ ਏ ਸੀ ਵੀ ਲਗਵਾਈ ਜਾ ਰਹੇ ਡੀ ਸੀ ਵੀ ਲਗਵਾਈ ਜਾ ਰਹੇ ਔਰ ਉੱਧਰ ਸੇ ਪੈਸੇ ਲੈ ਜਾ ਰਹੇ ਹੈ ਚਾਹ ਰਹੇ ਮੇਰੇ ਗੋਲ ਵਿੱਚ ਅਪੀਲ ਹੈ ਕਿ ਇਸਦੇ ਖਿਲਾਫ ਐਕਸ਼ਨ ਲਿਆ ਜਾਵੇ।